ਗਾਣੇ ਸੁਣਦੇ ਹੋ? ਹੋਰ ਸੁਣਦੇ ਹਾਂ ਜੀ। ਤੇ ਕਿਹੜਾ ਗਾਣਾ ਪਸੰਦ ਹੈ ਸਭ ਤੋਂ ਵੱਧ? ਸਾਰੇ ਹੀ ਪਸੰਦ ਨੇ, ਹੁਣ ਇਸ ਤਰ੍ਹਾਂ ਨਹੀਂ ਬਣੇ, ਗੱਲ ਨਹੀਂ ਬਣੇ, ਸਾਰੇ ਪਸੰਦ ਹੈ। ਹਾਂਜੀ। ਜਿੱਤ ਦਾ ਪਰਾਂਦਾ ਚੱਕੀ ਫੜ ਫੜ ਨਾ ਦੇਵੇ ਚਿੜੀਆਂ, ਬੁਲੀਆਂ ਦਾ ਸੁਲਫੀ ਹਾਸਾ, ਮੋਰਾਂ ਤੋਂ ਮੰਗਦੀਆਂ ਚਿੜੀਆਂ, ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਵਾਲੀਆਂ, ਅੱਖਾਂ ਵਿੱਚ ਪਾਊਡਰ ਗੰਦਾ ਲੋਡਰ ਤੋਂ ਨਾਲੀਆਂ। ਹਾਂਜੀ, ਸਾਡੀ ਬਲਾਦਰੀ ਦੇ ਨੇ, ਹਾਂਜੀ ਸਾਡੇ ਲਾਣੇ 'ਚੋਂ ਹੀ ਨੇ, ਮੇਰੀ ਗੁੱਡੀ ਨਾਲ ਵੀ ਪੜ੍ਹਦੇ ਰਹੇ ਨੇ ਇੱਥੇ ਸਕੂਲ 'ਚ, ਵਧੀਆ ਪਰਿਵਾਰ ਹੈ ਜੀ, ਸਾਰਾ ਕੁਛ ਵਧੀਆ। ਹਾਂਜੀ, ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਪਰਿਵਾਰ 'ਚ ਉਹਨਾਂ ਦੇ ਭਰਾ ਹੈ, ਭਰਜਾਈ ਹੈ, ਉਹਨਾਂ ਦਾ ਮੰਮੀ ਡੈਡੀ ਹੈ, ਹੋਰ ਚਾਚੇ ਤਾਏ ਹੈ, ਸਾਂਝਾ ਪਰਿਵਾਰ। ਹਾਂਜੀ, ਸਾਂਝਾ ਤਕੜਾ ਪਰਿਵਾਰ ਹੈ। ਬਾਪੂ ਜੀ, ਐਂ ਤਾਂ ਨਹੀਂ ਹੈਗਾ ਵੀ ਜੇ ਫਿਰ ਪਹਿਲਾਂ ਆਮ ਸੀਗੇ ਜਿਵੇਂ ਤੇ ਹੁਣ ਵੱਡੇ ਕਲਾਕਾਰ ਬਣ ਗਏ, ਕੋਈ ਸੁਭਾਅ ਦੇ ਵਿੱਚ ਫਰਕ ਤਾਂ ਨਹੀਂ ਆਇਆ? ਨਾ ਨਾ, ਉਹੀ ਸੁਭਾਅ ਹੈ, ਵਧੀਆ ਸੁਭਾਅ, ਕੋਈ ਨਾ ਕੋਈ ਫਰਕ ਨਹੀਂ, ਕੋਈ ਆਕੜ ਵਾਲੀ ਗੱਲ ਨਹੀਂ, ਕੋਈ ਮਜਾਜ ਵਾਲੀ ਗੱਲ ਨਹੀਂ, ਨਾ ਕੋਈ ਆਕੜ ਵਾਲੀ, ਨਾ ਨਾ, ਬੜੀ ਇੱਜ਼ਤ ਕਰਦੇ ਨੇ ਪਿੰਡ ਦੇ ਪਰਿਵਾਰਾਂ ਦੀ, ਬਹੁਤ ਇੱਜ਼ਤ ਕਰਦੇ ਨੇ। ਜਦੋਂ ਛੋਟੀ ਜਿਹੀ ਹੁੰਦੀ ਸੀ ਨਾ, ਉਹ ਸਾਡੇ ਪਿੰਡ ਖੰਡ ਪਾਠ ਹੁੰਦੇ ਹਨ, ਖੰਡ ਪਾਠਾਂ 'ਤੇ ਆਵਾਜ਼ਾਂ ਲੈ ਕੇ ਆਪ ਜਾਂਦੀ ਹੁੰਦੀ, ਪਹਿਲਾਂ ਪ੍ਰੋਗਰਾਮ ਕਰਦੀ ਸੀ ਦੂਜਾ ਧਾਰਮਿਕ ਜੀ, ਧਾਰਮਿਕ ਪ੍ਰੋਗਰਾਮ। ਹਾਂਜੀ, ਅਤੇ ਫਿਰ ਹੌਲੀ ਹੌਲੀ ਉਹ ਸਿੰਗਰ ਬਣ ਗਈ, ਹੁਣ ਤਾਂ ਟੌਪ 'ਤੇ। ਹਾਂਜੀ, ਚੰਗਾ ਲੱਗਦਾ ਪਿੰਡ ਦਾ ਨਾਂ ਬਹੁਤ? ਅਸੀਂ ਤਾਂ ਕਿਤੇ ਵੀ ਰਿਸ਼ਤੇਦਾਰੀ ਜਾਂਦੇ ਹਾਂ, ਕਿਤੇ ਵੀ ਹਰਿਆਣੇ 'ਚ ਜਾਂ ਹੋਰ ਕਿਤੇ ਜੀ, ਗਾਣਾ ਜਦੋਂ ਅਸੀਂ ਆਪ ਕਹਿ ਦਿੰਦੇ ਹਾਂ ਜੀ, ਸਾਡੀ ਕੌਰ ਵੀ ਇਹਦਾ ਗਾਣਾ ਲਾਓ, ਸਾਨੂੰ ਚੰਗਾ ਲੱਗਦਾ। ਸਤਿ ਸ਼੍ਰੀ ਅਕਾਲ, ਬੋਲੀ ਹੌਲੀ ਬਾਬਾ ਦੇ ਨਾਲ ਜੁੜਿਓ ਤੁਸੀਂ ਅਤੇ ਮੈਂ ਵੀਰਪਾਲ ਸ਼ੇਰਗਿੱਲ। ਅੱਜ ਅਸੀਂ ਪਹੁੰਚਿਆਂਗੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਵਾਂ ਗਾਓਂ ਦੇ ਵਿੱਚ। ਇਹ ਨਵਾਂ ਗਾਓਂ ਪਿੰਡ ਦਾ ਨਾਮ ਸੁਣਦੇ ਆ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਪਿੰਡ ਇਹ ਕੌਰਬੀਦ ਹੈ, ਜੋ ਕਿ ਬਹੁਤ ਫੇਮਸ ਕਲਾਕਾਰ ਨੇਗੇ। ਉਹਨਾਂ ਦਾ ਬਹੁਤ ਮਸ਼ਹੂਰ ਗਾਣਾ ਹੋਇਆ ਸੀਗਾ ਘਰਾਂ ਵੇਟ ਮੈਂ ਪੀਜ਼ਾ ਹੱਟ ਅਤੇ ਜੱਟ ਖੜਾ ਵੱਟ 'ਤੇ, ਉਹਨਾਂ ਨੂੰ ਬਹੁਤ ਪਹਿਚਾਣ ਮਿਲੀ ਉਸ ਗਾਣੇ ਤੋਂ, ਅਤੇ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਜਿਹੜਾ ਕੌਰਬੀ ਨੂੰ ਜਾਣਿਆ ਜਾਂਦਾ ਹੈਗਾ। ਕੌਰਬੀ ਦੇ ਪਿੰਡ ਦੇ ਯਾਨੀ ਕਿ ਨਵਾਂ ਗਾਓਂ ਪਿੰਡ ਦੇ ਸਰਕਾਰੀ ਸਕੂਲ ਦੇ ਬਾਹਰ ਖੜ੍ਹੇ ਹਾਂਗੇ, ਇਹਦੇ ਨਾਲ ਹੀ ਪਿੰਡ ਦੇ ਵਿੱਚ ਜਾਂਦੇ ਹਾਂ ਅਤੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਪਿੰਡ ਦੇ ਲੋਕ ਕੌਰਬੀ ਨੂੰ ਕਿੰਨਾ ਕੁ ਜਾਣਦੇ ਨੇ ਅਤੇ ਕਿਵੇਂ ਦਾ ਉਹਨਾਂ ਦਾ ਪਿੰਡ ਦੇ ਵਿੱਚ ਵਰਤ ਵਰਤੇਵਾ, ਅਤੇ ਲੋਕ ਉਹਨਾਂ ਨੂੰ ਕਿੰਨਾ ਕੁ ਜਾਣਦੇ ਨੇਗੇ। ਆਓ ਫਿਰ ਚੱਲੀਏ ਪਿੰਡ ਦੇ ਵਿੱਚ। ਇੱਧਰ ਕੁਝ ਬੱਚੀਆਂ ਨੇ ਸਾਡੇ ਨਾਲ ਪਿੰਡ ਨਵਾਂ ਗਾਉਣ ਦੀ, ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਕੀ ਹਾਲ ਚਾਲ ਨੇ ਬੱਚਿਓ? ਵਧੀਆ। ਅਤੇ ਕੌਰ ਵੀ ਤੁਹਾਡੇ ਪਿੰਡ ਦੀ ਹੈਗੀ, ਤੁਹਾਡੇ ਪਿੰਡ ਦੀ ਹੀ ਕੁੜੀ ਹੈਗੀ, ਜਾਣਦੇ ਹੋ? ਹਾਂਜੀ। ਕੀ ਲੱਗਦੀ ਹੈ ਦੀਦੀ? ਦੀਦੀ ਦੀਦੀ ਲੱਗਦੀ ਹੈ। ਗਾਣੇ ਸੁਣਦੇ ਹੋ ਕੌਰ ਵੀ? ਹਾਂਜੀ। ਕਿਹੜਾ ਗਾਣਾ? ਜੁੱਤੀ ਪਟਿਆਲੇ ਦੀਆਂ ਲੋਹਰ ਦੀਆਂ ਵਾਲੀਆਂ, ਅੱਖਾਂ ਵਿੱਚ ਪਾਊਡਰ ਗੰਦਾ ਲੋਡਰ ਦੋ ਨਾਲੀਆਂ, ਗੁੱਤ ਦਾ ਪਰਾਂਦਾ ਚੱਕੀ ਫੜ ਫੜ ਨਾ ਦੇਵੇ ਚਿੜੀਆਂ, ਬੁਲੀਆਂ ਦਾ ਸੁਲਫੀ ਹਾਸਾ, ਮੋਰਾਂ ਤੋਂ ਮੰਗਦੀਆਂ ਚਿੜੀਆਂ, ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਵਾਲੀਆਂ, ਅੱਖਾਂ ਵਿੱਚ ਪਾਊਡਰ ਗੰਦਾ ਲੋਡਰ ਤੋਂ ਨਾਲੀਆਂ, ਜੁੱਤੀ ਪਟਿਆਲੇ ਦੀਆਂ। ਵਾਹ ਜੀ ਵਾਹ, ਇਹ ਤਾਂ ਕੌਰਬੀ ਜਿੰਨਾ ਸੋਹਣਾ ਗਾਉਂਦੀਆਂ ਨੇ ਕੌਰਬੀ ਦੇ ਪਿੰਡ ਦੀਆਂ ਕੁੜੀਆਂ, ਤੇ ਜੇ ਉਹ ਪਿੰਡ ਆਉਂਦੇ ਨੇ ਕੌਰਬੀ ਤਾਂ ਫਿਰ ਤੁਹਾਨੂੰ ਮਿਲ ਕੇ ਜਾਂਦੇ? ਹਾਂਜੀ। ਵਧੀਆ ਲੱਗਦੇ ਨੇ ਗਾਣੇ? ਹਾਂਜੀ। ਸਾਰੇ ਗਾਣੇ ਸੁਣਦੇ ਹੋ? ਹਾਂਜੀ। ਇੱਕ ਅੱਧਾ ਹੋਰ ਕੋਈ ਗਾਣਾ ਆਉਂਦਾ ਹੋਵੇ ਤਾਂ ਉਹ ਵੀ ਸੁਣਾ ਦਿਓ। ਭੰਗ ਜੀ ਰਹਿੰਦੇ ਜ਼ਰੂਰ ਤੇਰੀ ਅੜਦਾ ਵੀ ਲੱਗਦਾ ਨੀ ਦਿਲ ਕਿਤੇ ਅਲੜਕ ਵਾਲੀ ਦਾ, ਤੇਰਾ ਤਾਂ ਪਤਾ ਨੀ ਵੇ ਤੂੰ ਕਿੰਨਾ ਮੇਰਾ ਕਰੇ, ਪਰ ਤੇਰੇ ਉੱਤੇ ਮਰਦੀਆਂ ਵੰਗ ਵਰਗੀ, ਜਿੱਦਣ ਦੀ ਤੇਰੀ ਲਾਈਫ ਮੇਰੀ ਲਾਈਫ ਹੋਇਆ ਮੈਨੂੰ ਮੇਰੀ ਲਾਈਫ ਲੱਗਦੀ ਆ ਖੰਡ ਵਰਗੀ, ਜਿੱਦਣ ਦੀ ਤੇਰੀ ਲਾਈਫ ਮੇਰੀ ਲਾਈਫ ਹੋਇਆ ਮੈਨੂੰ ਮੇਰੀ ਲਾਈਫ ਲੱਗਦੀ ਆ ਖੰਡ ਵਰਗੀ, ਫੂਕਦੀ ਆ ਕਾਲ ਜੇ ਤੂੰ ਰਹਿੰਦੀ ਗੱਟ ਜਚਨੀ ਆ, ਮੁੰਡੇ ਚ ਵੀ ਬੋਲਦਾ ਪੂਰਾ ਗੱਡਾ ਟਚਨੀ, ਖੁੱਲੇ ਲੁੱਟ ਪੱਤਲੋ ਯਾਰਾਂ ਦੇ ਸਿਰ ਤੇ, ਕਿਹੜੀਆਂ ਗੱਲਾਂ ਤੋਂ ਦੱਸ ਰਹਿੰਦੀ ਡਰਦੀਆਂ, ਹੋ ਜੇ ਐਪਲ ਰਕਾਨੇ ਰੱਖਾ ਵੈਪਲ ਰਕਾਨੇ, ਦਿੱਤੀ ਜੰਮੂ ਕਸ਼ਮੀਰ ਵਾਲੇ ਫੈਮ ਵਰਗੀ, ਇੱਥੇ ਪਿੰਡ ਨਵਾਂ ਗਾਉਂ ਦੇ ਕੁਝ ਬਜ਼ੁਰਗ ਸਾਡੇ ਨਾਲ ਨੇ, ਇਹਨਾਂ ਨਾਲ ਗੱਲਬਾਤ ਕਰ ਲੈਣੇ ਆ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਕੀ ਠੀਕ ਠਾਕ ਹੋ ਜੀ? ਹਾਂਜੀ ਠੀਕ ਠਾਕ। ਤੇ ਬਾਪੂ ਜੀ, ਤੁਹਾਡੇ ਪਿੰਡ ਦੀ ਇੱਕ ਕਲਾਕਾਰ ਹੈਗੀ ਕੌਰਬੀ, ਜਾਣਦੇ ਹੋ? ਹਾਂਜੀ ਜਾਣਦੇ ਹਾਂ।
ਕਿਵੇਂ ਦੇ ਲੱਗਦੇ ਉਹਨਾਂ ਦੇ ਗਾਣੇ ਵਧੀਆ ਨੇ ਸੁਭਾਅ ਕਿਵੇਂ ਦਾ ਉਹਨਾਂ ਦਾ ਜਦੋਂ ਪਿੰਡ ਆਉਂਦੇ ਆ ਮਿਲ ਕੇ ਜਾਂਦੇ ਆ ਹਾਂਜੀ ਠੀਕ ਠਾਕ ਆ ਵਧੀਆ ਮਿਲ ਕੇ ਜਾਂਦੇ ਹਾਂਜੀ ਹਾਂਜੀ ਮਿਲ ਕੇ ਜਾਂਦੇ ਸਾਰਿਆਂ ਨੂੰ ਸਾਡੇ ਮੇਲੇ ਤੇ ਇੱਥੇ ਲੱਗ ਜਾਂਦੇ ਖਾੜੇ ਖੂੜੇ ਅੱਛਾ ਮੇਲੇ ਤੇ ਖਾੜੇ ਲਾ ਕੇ ਜਾਂਦੇ ਜੇ ਮੈਂ ਗੱਲ ਕਰਾਂ ਬਾਪੂ ਜੀ ਤੇ ਫਿਰ ਉਹਨਾਂ ਦੇ ਪਰਿਵਾਰ ਦਾ ਕੀ ਕੰਮ ਕਾਰ ਪਹਿਲਾਂ ਪਰਿਵਾਰ ਕੀ ਕੰਮ ਕਰਦਾ ਸੀ ਕੰਮ ਖੇਤੀਬਾੜੀ ਕਰਦੇ ਹਨ ਅੱਛਾ ਖੇਤੀਬਾੜੀ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਬਾਪੂ ਜੀ ਤਾਂ ਜੀ ਸਾਡੀ ਬਲਾਦਰੀ ਦੇ ਨੇ ਹਾਂਜੀ ਸਾਡੇ ਲਾਣੇ ਚੋਂ ਹੀ ਨੇ ਮੇਰੀ ਗੁੱਡੀ ਨਾਲ ਵੀ ਪੜ੍ਹਦੇ ਰਹੇ ਨੇ ਇੱਥੇ ਸਕੂਲ 'ਚ ਵਧੀਆ ਪਰਿਵਾਰ ਹੈ ਜੀ ਸਾਰਾ ਕੁਝ ਵਧੀਆ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ 'ਚ ਉਹਨਾਂ ਦੇ ਭਰਾ ਹੈ ਭਰਜਾਈ ਹੈ ਉਹਨਾਂ ਦਾ ਮੰਮੀ ਡੈਡੀ ਹੈ ਹੋਰ ਚਾਚੇ ਤਾਏ ਹੈ ਸਾਂਝਾ ਪਰਿਵਾਰ ਹਾਂਜੀ ਸਾਂਝਾ ਤਕੜਾ ਪਰਿਵਾਰ ਹੈ ਹਾਂਜੀ ਉਹਨਾਂ ਨੇ ਗਾਉਣਾ ਕਦੋਂ ਸ਼ੁਰੂ ਕੀਤਾ ਸੀਗਾ ਕੋਈ ਜਾਣਕਾਰੀ ਉਹ ਤਾਂ ਜੀ ਪੜ੍ਹਾਈ ਤੋਂ ਬਾਅਦ ਹੀ ਇੱਥੇ ਸਕੂਲ ਤੋਂ ਸ਼ੁਰੂ ਕੀਤਾ ਸੀ ਪਹਿਲਾਂ ਤਾਂ ਉਹ ਬਾਜ ਪੰਜਾਬ ਦੀ 'ਚ ਗਏ ਸੀ ਹਾਂਜੀ ਉਸ ਤੋਂ ਬਾਅਦ ਫਿਰ ਉਹ ਕਲਾਕਾਰੀ 'ਚ ਗਏ ਹਾਂਜੀ ਜੇ ਗਾਉਣ 'ਚ ਕਹਿੰਦੇ ਨੇ ਉਂਝ ਹੋਰ ਕੋ ਨਾ ਹੋਵੇ ਤਾਂ ਸਾਨੂੰ ਪਤਾ ਨਹੀਂ ਹੈ ਬਲਜਿੰਦਰ ਕੌਰ ਕੌਰ ਗਾਉਣ 'ਚ ਹਾਂਜੀ ਹਾਂਜੀ ਕੀ ਲੱਗਦੇ ਆ ਤੁਹਾਡੇ ਸਾਡੇ ਉਸ ਤਰ੍ਹਾਂ ਭਤੀਜੀ ਲੱਗਦੀ ਹੈ ਪਿੰਡ 'ਚੋਂ ਸ਼ਰੀਕੇ 'ਚੋਂ ਬਲਾਦਰੀ 'ਚੋਂ ਭਤੀਜੀ ਵਾਂਗੂ ਜੀ ਹਾਂਜੀ ਹਾਂਜੀ ਫਿਰ ਚੰਗੇ ਲੱਗਦੇ ਨੇ ਗਾਣੇ ਉਹਨਾਂ ਦੇ ਵਧੀਆ ਨੇ ਗਾਣੇ ਜੀ ਵਧੀਆ ਨੇ ਸਾਡੇ ਇੱਥੇ ਪੀਰ ਤੇ ਫ੍ਰੀ ਲਾ ਕੇ ਜਾਂਦੇ ਨੇ ਅੱਛਾ ਫ੍ਰੀ ਲਾ ਕੇ ਫ੍ਰੀ ਜਦੋਂ ਪੂਰੀ ਦੁਨੀਆ ਦੇ ਵਿੱਚ ਨਵਾਂ ਗਾਉਣ ਦਾ ਪਿੰਡ ਜਾਣਿਆ ਜਾਂਦਾ ਕੌਰਵੀ ਦੇ ਕਰਕੇ ਫਿਰ ਖੁਸ਼ੀ ਹੁੰਦੀ ਹੈ ਬੜੀ ਖੁਸ਼ੀ ਹੁੰਦੀ ਖੁਸ਼ੀ ਵੀ ਨਹੀਂ ਹੋਣੀ ਜਦੋਂ ਪਿੰਡ ਦਾ ਕੋਈ ਹੋਵੇ ਇਹੋ ਜਿਹਾ ਬੰਦਾ ਲੀਡਰ ਹੋਵੇ ਜਾਂ ਕੋਈ ਗਾਉਂਦਾ ਹੋਵੇ ਖੁਸ਼ੀ ਤਾਂ ਹੁੰਦੀ ਹੈ ਹਾਂਜੀ ਕੋਈ ਬਾਪੂ ਜੀ ਐਂ ਤਾਂ ਨਹੀਂ ਹੈਗਾ ਵੀ ਜੇ ਫਿਰ ਪਹਿਲਾਂ ਆਮ ਸੀਗੇ ਜਿਵੇਂ ਤੇ ਹੁਣ ਵੱਡੇ ਕਲਾਕਾਰ ਬਣ ਗਏ ਕੋਈ ਸੁਭਾਅ ਦੇ ਵਿੱਚ ਫਰਕ ਤਾਂ ਨਹੀਂ ਆਇਆ ਨਾ ਨਾ ਉਹੀ ਸੁਭਾਅ ਵਧੀਆ ਸੁਭਾਅ ਕੋਈ ਨਾ ਕੋਈ ਫਰਕ ਨਹੀਂ ਕੋਈ ਆਕੜ ਵਾਲੀ ਗੱਲ ਨਹੀਂ ਕੋਈ ਮਜਾਜ ਵਾਲੀ ਗੱਲ ਨਹੀਂ ਨਾ ਕੋਈ ਆਕੜ ਵਾਲੀ ਨਾ ਨਾ ਬੜੀ ਇੱਜ਼ਤ ਕਰਦੇ ਨੇ ਪਿੰਡ ਦੇ ਪਰਿਵਾਰਾਂ ਦੀ ਬਹੁਤ ਇੱਜ਼ਤ ਕਰਦੇ ਨੇ ਕੋਈ ਬਾਪੂ ਜੀ ਐਂ ਤਾਂ ਨਹੀਂ ਹੈਗਾ ਵੀ ਜੇ ਫਿਰ ਪਹਿਲਾਂ ਆਮ ਸੀਗੇ ਜਿਵੇਂ ਤੇ ਹੁਣ ਵੱਡੇ ਕਲਾਕਾਰ ਬਣ ਗਏ ਕੋਈ ਸੁਭਾਅ ਦੇ ਵਿੱਚ ਫਰਕ ਤਾਂ ਨਹੀਂ ਆਇਆ ਨਾ ਨਾ ਉਹੀ ਸੁਭਾਅ ਵਧੀਆ ਸੁਭਾਅ ਕੋਈ ਨਾ ਕੋਈ ਫਰਕ ਨਹੀਂ ਕੋਈ ਆਕੜ ਵਾਲੀ ਗੱਲ ਨਹੀਂ ਕੋਈ ਮਜਾਜ ਵਾਲੀ ਗੱਲ ਨਹੀਂ ਨਾ ਕੋਈ ਆਕੜ ਵਾਲੀ ਨਾ ਨਾ ਬੜੀ ਇੱਜ਼ਤ ਕਰਦੇ ਨੇ ਪਿੰਡ ਦੇ ਪਰਿਵਾਰਾਂ ਦੀ ਬਹੁਤ ਇੱਜ਼ਤ ਕਰਦੇ ਨੇ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਜੀ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਹਾਂਜੀ ਤੁਹਾਡੇ ਪਿੰਡ ਦੇ ਇੱਕ ਕਲਾਕਾਰ ਹੈ ਬਹੁਤ ਮਸ਼ਹੂਰ ਹੈ ਬੜੀ ਦੁਨੀਆ ਦੇ ਵਿੱਚ ਨਾਮ ਹੈ ਉਹਨਾਂ ਦਾ ਜਾਣਦੇ ਹੋ ਹਾਂਜੀ ਹਾਂਜੀ ਜਾਣਦੇ ਹਾਂ ਜੀ ਕੌਣ ਹੈ ਕੌਰਵੀ ਜੀ ਗਾਇਕ ਸਿੰਗਰ ਵਧੀਆ ਨੇ ਜੀ ਤੇ ਜੇ ਮੈਂ ਗੱਲ ਕਰਾਂ ਉਹਨਾਂ ਦਾ ਪਹਿਲਾ ਨਾਮ ਕੀ ਸੀਗਾ ਪਿੰਡ ਦੇ ਵਿੱਚ ਬਲਜਿੰਦਰ ਕੌਰ ਜੀ ਬਲਜਿੰਦਰ ਹਾਂਜੀ ਬਲਜਿੰਦਰ ਤੇ ਗਾਣੇ ਵਧੀਆ ਲੱਗਦੇ ਗਾਣੇ ਸੁਣ ਬਹੁਤ ਵਧੀਆ ਹੀ ਗਾਣੇ ਵਧੀਆ ਸਾਡਾ ਤਾਂ ਨਾਮ ਰੋਸ਼ਨ ਕਰਤਾ ਕੁੜੀਆਂ ਨੇ ਖੁਸ਼ੀ ਹੁੰਦੀ ਹੈ ਜਦੋਂ ਪੂਰੀ ਦੁਨੀਆ 'ਚ ਕੌਰਵੀ ਦੇ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਤੁਹਾਡੇ ਪਿੰਡ ਹਾਂਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸਾਨੂੰ ਤਾਂ ਸਾਡੇ ਘਰ ਇਸ ਤਰ੍ਹਾਂ ਦੇ ਫੋਨ ਆਈ ਜਾਂਦੇ ਨੇ ਵੀ ਤੁਹਾਡੇ ਪਿੰਡ ਦੀ ਹੈ ਵਧੀਆ ਚਲੋ ਕੰਮ ਕੀਤਾ ਹੋਇਆ ਉਹਨਾਂ ਨੇ ਹਾਂਜੀ ਤੇ ਗਾਣੇ ਸੁਣਦੇ ਹੋ ਹੋਰ ਸੁਣਦੇ ਹਾਂ ਜੀ ਤੇ ਕਿਹੜਾ ਗਾਣਾ ਪਸੰਦ ਹੈ ਸਭ ਤੋਂ ਵੱਧ ਸਾਰੇ ਹੀ ਪਸੰਦ ਨੇ ਹੁਣ ਇਸ ਤਰ੍ਹਾਂ ਦੀ ਬਣੀ ਗੱਲ ਨਹੀਂ ਬਣੀ ਸਾਰੇ ਪਸੰਦ ਹੈ ਹਾਂਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਜੀ ਕੌਰਵੀ ਦੀ ਜੇਕਰ ਆਪਾਂ ਗੱਲ ਕਰੀਏ ਕਿ ਉਹਨਾਂ ਦਾ ਸੁਭਾਅ ਕਿੱਦਾਂ ਦਾ ਉਹਨਾਂ ਦੇ ਪਰਿਵਾਰ ਦਾ ਸੁਭਾਅ ਬਹੁਤ ਵਧੀਆ ਸੁਭਾਅ ਹੈ ਜੀ ਜਦੋਂ ਛੋਟੀ ਜੀ ਹੁੰਦੀ ਸੀ ਨਾ ਉਹ ਸਾਡੇ ਪਿੰਡ ਖੰਡ ਪਾਠ ਹੁੰਦੇ ਹਨ ਖੰਡ ਪਾਠਾਂ ਤੇ ਵਾਜਾ ਲੈ ਕੇ ਆਪ ਜਾਂਦੀ ਹੁੰਦੀ ਪਹਿਲਾਂ ਪ੍ਰੋਗਰਾਮ ਕਰਦੀ ਸੀ ਦੂਜਾ ਧਾਰਮਿਕ ਜੀ ਧਾਰਮਿਕ ਪ੍ਰੋਗਰਾਮ ਹਾਂਜੀ ਤੇ ਫਿਰ ਹੌਲੀ ਹੌਲੀ ਉਹ ਸਿੰਗਰ ਬਣ ਗਈ ਹੁਣ ਤੇ ਟੌਪ ਤੇ ਜੀ ਹੁਣ ਚੰਗਾ ਲੱਗਦਾ ਪਿੰਡ ਦਾ ਨਾਂ ਬਹੁਤ ਅਸੀਂ ਤਾਂ ਕਿਤੇ ਵੀ ਰਿਸ਼ਤੇਦਾਰੀ ਜਾਂਦੇ ਹਾਂ ਕਿਤੇ ਵੀ ਹਰਿਆਣੇ 'ਚ ਜਾਂ ਹੋਰ ਕਿਤੇ ਜੀ ਗਾਣਾ ਜਦੋਂ ਅਸੀਂ ਆਪ ਕਹਿ ਦਿੰਦੇ ਹਾਂ ਜੀ ਸਾਡੀ ਕੌਰਵੀ ਦਾ ਗਾਣਾ ਲਾਓ ਸਾਨੂੰ ਚੰਗਾ ਲੱਗਦਾ ਸਾਡੀ ਕੌਰਵੀ ਦਾ ਗਾਣਾ ਹਾਂਜੀ ਹਾਂਜੀ ਤੇ ਜੇ ਮੈਂ ਗੱਲ ਕਰਾਂ ਕਿ ਉਹਦੀ ਪੜ੍ਹਾਈ ਪਹਿਲਾਂ ਇਸ ਪਿੰਡ ਦੇ ਸਕੂਲ ਹਾਂਜੀ ਪਹਿਲਾਂ ਤਾਂ ਇੱਥੇ ਪੜ੍ਹਦੀ ਰਹੀ ਹੈ ਫਿਰ ਬਾਹਰ ਪੜ੍ਹਦੀ ਰਹੀ ਮੋਹਾਲੀ ਮੁੰਡੀ ਜੀ ਅੱਜ ਕੱਲ੍ਹ ਕਿੱਥੇ ਰਹਿੰਦੇ ਅੱਜ ਕੱਲ੍ਹ ਤਾਂ ਹੁਣ ਜ਼ਿਆਦਾ ਤਾਂ ਮੋਹਾਲੀ ਰਹਿੰਦੇ ਨੇ ਜੀ ਪਰਿਵਾਰ ਉਹਨਾਂ ਦਾ ਕੋਠੀ ਇੱਥੇ ਖੇਤੀ ਕਰਦੇ ਨੇ ਡੈਡੀ ਜੀ ਉਹਦੇ ਤੇ ਹਾਂਜੀ ਇੱਥੇ ਰਹਿੰਦੇ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਦੇਖੋ ਕੌਰਵੀ ਦੇ ਗਾਣੇ ਸੁਣਦੇ ਹੋ ਗਾਣੇ ਤਾਂ ਸੁਣੀ ਚਾਹੀਦੇ ਨੇ ਤੁਸੀਂ ਹਾਂ ਚਲ ਇਹਦੇ ਕੋਲ ਪੁੱਛ ਲਓ ਸਾਰਾ ਚੰਗੇ ਲੱਗਦੇ ਨਾ ਵਧੀਆ ਲੱਗਦੇ ਨੇ ਲੱਗਦੇ ਕਿਉਂ ਨਹੀਂ ਪਿੰਡ ਦਾ ਨਾਂ ਉੱਚਾ ਕਰਿਆ ਸੀ ਸਾਰਾ ਕੁਝ ਵਧੀਆ ਕੰਮ ਬਣਦਾ ਜੇ ਕਿਤੇ ਜਾਈਏ ਅਗਲੇ ਪੁੱਛਦੇ ਨੇ ਤੁਹਾਡੇ ਪਿੰਡ ਦੀ ਮੈਂ ਕਿਹਾ ਵੀ ਸਾਡੀ ਧੀ ਹੈ ਸਾਰਾ ਸਾਡਾ ਆਪਣਾ ਪਰਿਵਾਰ ਹੈ ਪਰਿਵਾਰ ਅੱਜ ਕੱਲ੍ਹ ਇੱਥੇ ਰਹਿੰਦੇ ਹਾਂ ਇੱਥੇ ਰਹਿੰਦੇ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਗਾਣੇ ਸੁਣਦੇ ਹੋ ਜੀ ਹਾਂ ਜੀ ਬਿਲਕੁਲ ਵਧੀਆ ਲੱਗਦੇ ਗਾਣੇ ਬਹੁਤ ਵਧੀਆ ਬਹੁਤ ਵਧੀਆ ਤੇ ਕਿਹੜਾ ਗਾਣਾ ਸਭ ਤੋਂ ਵੱਧ ਪਸੰਦ ਹੈ ਸਾਨੂੰ ਗਾਣੇ ਨਹੀਂ ਯਾਦ ਰਹਿੰਦੇ ਹਾਂ ਜੀ ਇਹ ਵੈਸੇ ਬਹੁਤ ਜ਼ਿਆਦਾ ਸੁਣਨੇ ਹਨ ਸਾਡੇ ਨਾਲ ਘਰ ਤੇ ਘਰ ਵੀ ਬਹੁਤ ਮੇਰੇ ਆਉਂਦੀ ਹੈ ਹਾਂ ਮੇਰੇ ਸਾਡੇ ਨਾਲ ਰਿਸ਼ਤੇਦਾਰੀ ਮੇਰੇ ਘਰ ਵੀ ਆਉਂਦੀ ਰਹਿੰਦੀ ਹੈ ਇਹ ਤਾਂ ਨਹੀਂ ਆ ਵੀ ਹੁਣ ਕਲਾਕਾਰ ਬਣ ਗਏ ਵੱਡੇ ਤੇ ਨਾਮ ਬਹੁਤ ਹੋ ਗਿਆ ਕਿਤੇ ਇੱਕ ਕਲਾਕਾਰ ਵਾਲੀ ਜਿਹੜੀ ਹੈਂਗੜ ਹੁੰਦੀ ਆ ਉਹ ਨਾ ਉਹਦੇ 'ਚ ਬਿਲਕੁਲ ਨਹੀਂ ਹੈਗੀ ਜੀ ਬਹੁਤ ਨਰਮ ਸੁਭਾਅ ਦੀ ਬਹੁਤ ਜ਼ਿਆਦਾ ਪਿੰਡ 'ਚ ਖਾੜੇ ਲਾਉਂਦੇ ਹਾਂਜੀ ਪਿੰਡ 'ਚ ਪ੍ਰੋਗਰਾਮ ਕੀਤੇ ਹੋਏ ਨੇ ਉਹਨੇ ਤੇ ਇੱਧਰ ਵੀ ਵੀਰ ਨੇ ਕੁਝ ਇਹਨਾਂ ਨਾਲ ਵੀ ਗੱਲਬਾਤ ਕਰ ਲਈ
ਕੋਰਪੀ ਦੇ ਗਾਣੇ ਬਹੁਤ ਵਧੀਆ ਲੱਗਦੇ ਨੇ ਸਾਨੂੰ, ਸੁਣਦੇ ਹੋ ਗਾਣੇ? ਹਾਂਜੀ, ਗਾਣੇ ਗਾਣਾ ਯਾਦ ਹੋਵੇ ਤਾਂ ਸੁਣਾ ਦਿਓ। ਐਂ ਤਾਂ ਬਹੁਤ ਗਾਣੇ ਨੇ ਉਹਨਾਂ ਦੇ, ਯਾਦ ਨਹੀਂ ਰਹਿੰਦੇ। ਨਹੀਂ ਹੁਣ ਯਾਦ ਨਹੀਂ। ਹਾਂਜੀ, ਤੇ ਕੁਛ ਯਾਦ ਹੋਵੇ ਵੀ ਉਹਨਾਂ ਨੇ ਗਾਉਣਾ ਜਿਹੜਾ ਕਦੋਂ ਸ਼ੁਰੂ ਕੀਤਾ ਸੀ? ਉਹ ਸਟੱਡੀ ਕਰਦੇ ਹਨ ਜਦੋਂ, ਉਦੋਂ ਹੀ ਗਾਣ ਲੱਗ ਪਏ ਹਨ ਸਕੂਲ 'ਚ ਜੀ। ਹਾਂਜੀ, ਉਹ ਸਾਡੇ ਨਾਲ ਵੀ ਪੜ੍ਹਦੇ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਪਿੰਡ ਦੇ ਰਹਿਣ ਵਾਲੇ ਹੋ? ਹਾਂਜੀ। ਤੁਹਾਡੇ ਪਿੰਡ ਦੀ ਬਹੁਤ ਮਸ਼ਹੂਰ ਕਲਾਕਾਰ ਹੈ ਇੱਕ, ਜਾਣਦੇ ਹੋ? ਹਾਂਜੀ। ਕੌਣ ਹੈ? ਕੌਰਬੀ ਜੀ। ਫਿਰ ਗਾਣੇ ਸੁਣਦੇ ਹੋ ਕੌਰਬੀ ਦੇ? ਹਾਂਜੀ। ਵਧੀਆ ਲੱਗਦੇ ਹੈ? ਹਾਂਜੀ। ਕਿਹੜਾ ਗਾਣਾ ਸਭ ਤੋਂ ਵਧੀਆ ਲੱਗਦਾ? ਕੂਕਦੀਆਂ ਕਾਲਜੇ ਵਾਲਾ ਜੀ, ਆਰਨੇਤ ਦੇ ਜੀ ਉਹਦਾ ਜੀ। ਅੱਛਾ, ਆਰਨੇਤ ਨਾਲ ਹੈ ਜਿਹੜਾ ਕੌਰਬੀ ਦਾ ਗਾਣਾ? ਹਾਂਜੀ। ਤੇ ਫਿਰ ਇੱਥੇ ਪਿੰਡ ਆਉਂਦੇ ਹੈ ਕੌਰਬੀ? ਆਉਂਦੇ ਨੇ ਜੀ, ਖਾੜਾ ਲਾਉਣ ਜੀ, ਮੇਲੇ ਦੇ ਆਉਂਦੇ ਨੇ ਜੀ। ਅੱਛਾ, ਖਾੜਾ ਲਾ ਕੇ ਜਾਂਦੇ ਹੁੰਦੇ ਆ ਪਿੰਡ? ਹਾਂਜੀ। ਤੇ ਸੁਣਿਆ ਫਿਰ ਕਦੇ ਖਾੜਾ ਉਹਨਾਂ ਦਾ ਲਾਈਵ? ਹਾਂਜੀ। ਤੇ ਗਾਣਾ ਸੁਣਾ ਦਿਓ ਫਿਰ ਕੋਈ। ਹਾਂਜੀ, ਕੂਕਦੀਆਂ ਕਾਲਜੇ ਤੁਰਿਆਂ ਦੀ ਟੱਟ ਟੱਟ ਨੀ, ਮੁੰਡੇ 'ਚ ਵੀ ਬੋਲਦਾ ਏ ਪੂਰਾ ਗੁੰਡਾ ਡੱਚ, ਬੁੱਲੇ ਲੁੱਟ ਪੱਤ ਲੋ ਯਾਰਾਂ ਦੇ ਸਿਰ 'ਤੇ, ਕਿਹੜੀਆਂ ਅੰਕਲਾਂ ਤੋਂ ਦੱਸ ਰਹਿੰਦੀ ਡਰਦੀ ਨਾ ਹੋ ਜੇ, ਹੈਪਨਰ ਕਾਨੇ ਰੱਖਾਂ ਵੈਪਨਰ ਕਾਨੇ, ਜੱਟ ਜੰਮੂ ਕਸ਼ਮੀਰ ਵਾਲੇ ਸੇਬ ਵਰਗੀ ਹੈਪਨਰ ਕਾ ਯਾਰ ਤੇਰਾ ਬੰਦੇ ਅਖਬਾਰਾਂ ਵਾਂਗੂ ਪਾੜਦਾ, ਅਸੀਂ ਇੰਨਾ ਕਹਿੰਦਾ ਜੀ। ਕੌਰਬੀ ਵਾਲਾ ਤਾਂ ਸੁਣਾਇਆ ਨਹੀਂ, ਕੌਰਬੀ ਵਾਲਾ ਸੁਣਾਓ। ਕੌਰਬੀ ਵਾਲਾ ਜੀ ਘੱਟ ਹੀ ਆਉਂਦਾ ਜੀ। ਅੱਛਾ, ਪੀਜ਼ਾ ਹੱਟ ਵਾਲਾ ਤਾਂ ਆਉਂਦਾ ਹੀ ਹੋਣਾ? ਹਾਂ, ਕਰਾਂ ਵੇਟ ਮੈਂ ਪੀਜ਼ਾ ਹੱਟ ਤੇ ਜੱਟ ਖੜਾ ਵੱਟ ਤੇ। ਵਾਹ, ਇੱਧਰ ਕੁਝ ਪਿੰਡ ਦੀਆਂ ਬੀਬੀਆਂ ਸਾਡੇ ਨਾਲ ਨੇ, ਇਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕਿ ਜਾਣਦੇ ਹਾਂ ਕਿ ਕੌਰਬੀ ਨੂੰ ਕਿੰਨਾ ਕੁ ਜਾਣਦੇ ਹਾਂ। ਬੀਬੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੌਰਬੀ ਨੂੰ ਜਾਣਦੇ ਹੋ? ਹਾਂਜੀ ਜਾਣਦੇ ਹਾਂ। ਤੁਹਾਡੇ ਹੀ ਪਿੰਡ ਦੇ ਹੋ? ਹਾਂਜੀ, ਵੀ ਥੋੜ੍ਹੀ ਜਿਹੀ ਦੂਰ ਪੈਂਦਾ ਸਾਡੇ ਤੇ, ਵੀ ਬਾਬਾ ਖਾੜਾ ਵਧੀਆ ਲਾਉਂਦੀ ਹੈ। ਇੱਥੇ ਆਉਂਦੇ ਹੈ ਕਿ? ਹਾਂਜੀ ਇੱਥੇ ਆਉਂਦੀ ਆ, ਸਟੇਡੀਅਮ 'ਚ ਵਧੀਆ ਲਾਉਂਦੀ ਹੈ। ਸਹੀ ਹੈ ਕੁੜੀ, ਪਿੰਡ 'ਚ ਖਾੜਾ ਲਾ ਕੇ? ਹਾਂਜੀ ਲਾਉਂਦੀ ਹੈ। ਤੇ ਗਾਣੇ ਸੁਣਦੇ ਹੋਗੇ ਤੁਸੀਂ? ਹਾਂ, ਗਾਣੇ ਬਹੁਤ ਸੋਹਣੇ ਗਾਉਂਦੀ ਹੈ। ਚੰਗੇ ਲੱਗਦੇ? ਹਾਂ ਹਾਂ, ਚੰਗੇ ਲੱਗਦੇ ਹੈ। ਤੇ ਪਿੰਡ ਜਦੋਂ ਆਉਂਦੀ ਹੈ ਮਿਲ ਕੇ ਜਾਂਦੀ ਹੈ ਕਿ? ਹਾਂਜੀ, ਇੱਥੇ ਆਈ ਸੀ, ਲਾ ਕੇ ਗਈ ਸੀ ਖਾੜਾ। ਮੇਰੇ ਪਿੰਡ ਕਿੰਨੇ ਕੁ ਟਾਈਮ ਬਾਅਦ ਆ ਜਾਂਦੇ ਹੈ? ਮੈਨੂੰ ਲੱਗਾ ਹੁਣ ਮੇਲੇ ਨੂੰ ਆਉਂਦੀ ਹੋਣੀ ਕੀਤਾ। ਅੱਛਾ, ਥੋੜ੍ਹੇ ਟਾਈਮ ਬਾਅਦ ਆ ਜਾਂਦੇ? ਹਾਂ ਹਾਂਜੀ, ਆ ਜਾਂਦੀ ਹੈ, ਸਾਲ ਬਾਅਦ ਜਿਵੇਂ ਬੁਲਾਉਂਦੇ ਆ ਫਿਰ ਆ ਜਾਂਦੀ ਹੈ। ਪਰਿਵਾਰ ਵਾਲੇ ਉਹਨਾਂ ਦੇ ਇੱਥੇ ਰਹਿੰਦੇ? ਹਾਂ, ਡੇਰੇ 'ਚ ਰਹੋ, ਉੱਥੇ ਜਦੋਂ ਮੈਡਮ ਜਦੋਂ ਉੱਥੇ ਰਹਿੰਦੇ ਨੇ। ਠੀਕ ਹੈ। ਬੀਬੀ ਜੀ ਦੇ ਨਾਲ ਗੱਲਬਾਤ ਕੀਤੀ ਹੈਗੀ, ਅਤੇ ਮੈਂ ਇੱਕ ਵਾਰ ਫਿਰ ਤੋਂ ਦੱਸਦਾਂ ਕਿ ਕੌਰਬੀ ਦੇ ਪਿੰਡ ਵਿੱਚ ਖੜ੍ਹੇ ਸੀ, ਪਿੰਡ ਨਵਾਂ ਗਾਉਂ ਦੇ ਵਿੱਚ, ਅਤੇ ਪਿੰਡ ਦੇ ਲੋਕਾਂ ਨਾਲ, ਬਜ਼ੁਰਗਾਂ ਨਾਲ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ ਹੈ। ਜਾਣਿਆ ਕਿ ਪਿੰਡ ਦੇ ਲੋਕ ਕੌਰਬੀ ਨੂੰ ਕਿੰਨਾ ਕੁ ਜਾਣਦੇ ਨੇ ਅਤੇ ਕਿੰਨਾ ਕੁ ਪਸੰਦ ਕਰਦੇ ਨੇ। ਨਵਾਂ ਗਾਉਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਜੁੜੇ ਰਹੋ ਬੋਲੀ ਹੌਲੀ ਬਾਬਾ ਦੇ ਨਾਲ।